ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। 20 ਲੱਖ ਲੈ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਮੇਨ ਗੇਟ ਦੇ ਉੱਪਰ ਸੁਰੱਖਿਆ ਗਾਰਡ ਨਹੀਂ ਸੀ। 3 ਲੁਟੇਰੇ ਐਕਟਿਵਾ ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਵੱਲੋਂ ਬੈਂਕ ਦੇ ਵਿੱਚ ਲੁੱਟ ਕੀਤੀ ਗਈ। ਪਿਸਤੌਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਇੱਕ ਪ੍ਰਾਈਵੇਟ ਬੈਂਕ ਹੈ ਜਿੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ ਡਕੈਤੀ ਕੀਤੀ ਗਈ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਔਰ ਲੁਟੇਰੇ ਇੱਥੋਂ 20 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਸੋ ਦੱਸ ਦਈਏ ਕਿ ਇੱਕ ਬੈਂਕ ਦੇ ਵਿੱਚ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 20 ਲੱਖ ਲੈ ਕੇ ਇੱਥੋਂ ਫਰਾਰ ਹੋ ਗਏ। ਪੁਲਿਸ ਦੇ ਵੱਲੋਂ ਜਿੱਥੇ ਬਿਆਨ ਦਰਜ ਕੀਤੇ ਜਾ ਰਹੇ ਨੇ ਉੱਥੇ ਹੀ ਇਹਨਾਂ ਲੁਟੇਰਿਆਂ ਦੀ ਭਾਲ ਵਾਸਤੇ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਬੈਂਕ ਦੇ ਵਿੱਚ ਦਿਨ ਦਿਹਾੜੇ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, ਐਕਟਿਵਾ ਤੇ ਆਏ। ਦੱਸਿਆ ਜਾ ਰਿਹਾ ਕਿ 3 ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਬੈਂਕ ਦੇ ਵਿੱਚ ਲੁੱਟ ਕੀਤੀ ਗਈ। ਤਰਨ ਤਾਰਨ ਰੋਡ ਨਾਮਧਾਰੀ ਕੰਡਾ ICIC ਬੈਂਕ, ਸਰ ਡਕੈਤੀ ਹੋਈ ਸਰ। ਉਸ ਟਾਈਮ 'ਤੇ ਕਿ 3 ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ। ਹਾਂਜੀ, ਪਿਸਤੌਲ ਦੀ ਨੋਕ 'ਤੇ। ਹਾਂਜੀ, ਇਹ ਸਰ ਸਾਰਾ ਕਸਟਮਰ ਨਹੀਂ ਸੀ ਸਰ। ਸਰ ਹੋ ਗਈ 15-20 ਲੱਖ ਦੀ ਸਰ। 5 ਮਿੰਟ ਘੱਟ ਦਿਓ ਉੱਥੇ। ਨਹੀਂ ਸਰ, ਨੀਤ ਨਾਲ ਪੂਰੀ ਆਏ। ਹਾਂਜੀ ਸਰ, ਇਸ ਗੱਲ ਦਾ ਹੁਣ ਸਾਨੂੰ ਨਹੀਂ ਨਾ ਪਤਾ। ਹਾਂਜੀ, ਗੇਟ ਤਾਂ ਕੋਈ ਵੀ ਨਹੀਂ ਸੀਗਾ। ਨਹੀਂ ਨਹੀਂ ਸਰ, ਨਹੀਂ ਨਹੀਂ ਸਰ, CCTV ਕੈਮਰਾ ਚੱਲਦੇ ਨੇ। ਹਾਂਜੀ ਚੱਲਦੇ ਪਏ ਸਰ, ਫੁਟੇਜ ਆ ਗਈ ਸਰ। ਕਿੰਨੇ ਕੁ ਮੈਂਬਰ ਸੀ ਬੰਦੇ? 3 ਜਾਣੇ। ਕਿੰਨੇ ਵੈਪਨ ਸੀ? ਵੈਪਨ ਸਰ ਇੱਕ ਹੀ ਮੇਰੇ ਖਿਆਲ, ਇੱਕ ਬੰਦੇ ਕੋਈ ਆ। ਕਿਸ ਤੇ ਆਏ ਸੀ ਸਰ? ਐਕਟਿਵਾ ਦੇ ਕਹਿੰਦੇ ਪਏ ਲਾਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ, ਇਹ ਬੈਕ ਸਾਈਡ ਨੂੰ ਗਏ। ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ, 20 ਲੱਖ ਲੈ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਮੇਨ ਗੇਟ ਦੇ ਉੱਪਰ ਸੁਰੱਖਿਆ ਗਾਰਡ ਨਹੀਂ ਸੀ। 3 ਲੁਟੇਰੇ ਐਕਟਿਵਾ ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਵੱਲੋਂ ਬੈਂਕ ਦੇ ਵਿੱਚ ਲੁੱਟ ਕੀਤੀ ਗਈ। ਪਿਸਤੌਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਇੱਕ ਪ੍ਰਾਈਵੇਟ ਬੈਂਕ ਹੈ ਜਿੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ ਡਕੈਤੀ ਕੀਤੀ ਗਈ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਔਰ ਲੁਟੇਰੇ ਇੱਥੋਂ 20 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਸੋ ਦੱਸ ਦਈਏ ਕਿ ਇੱਕ ਬੈਂਕ ਦੇ ਵਿੱਚ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 20 ਲੱਖ ਲੈ ਕੇ ਇੱਥੋਂ ਫਰਾਰ ਹੋ ਗਏ। ਪੁਲਿਸ ਦੇ ਵੱਲੋਂ ਜਿੱਥੇ ਬਿਆਨ ਦਰਜ ਕੀਤੇ ਜਾ ਰਹੇ ਨੇ ਉੱਥੇ ਹੀ ਇਹਨਾਂ ਲੁਟੇਰਿਆਂ ਦੀ ਭਾਲ ਵਾਸਤੇ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਬੈਂਕ ਦੇ ਵਿੱਚ ਦਿਨ ਦਿਹਾੜੇ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, ਐਕਟਿਵਾ ਤੇ ਆਏ। ਦੱਸਿਆ ਜਾ ਰਿਹਾ ਕਿ 3 ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਬੈਂਕ ਦੇ ਵਿੱਚ ਲੁੱਟ ਕੀਤੀ ਗਈ। ਤਰਨ ਤਾਰਨ ਰੋਡ ਨਾਮਧਾਰੀ ਕੰਡਾ ICIC ਬੈਂਕ, ਸਰ ਡਕੈਤੀ ਹੋਈ ਸਰ। ਉਸ ਟਾਈਮ 'ਤੇ ਕਿ 3 ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ। ਹਾਂਜੀ, ਪਿਸਤੌਲ ਦੀ ਨੋਕ 'ਤੇ। ਹਾਂਜੀ, ਇਹ ਸਰ ਸਾਰਾ ਕਸਟਮਰ ਨਹੀਂ ਸੀ ਸਰ। ਸਰ ਹੋ ਗਈ 15-20 ਲੱਖ ਦੀ
ਸਰ 5 ਮਿੰਟ ਘੱਟ ਦਿਓ ਉੱਥੇ। ਨਹੀਂ ਸਰ ਨੀਤ ਨਾਲ ਪੂਰੀ ਆਇਆ। ਹਾਂਜੀ ਸਰ ਇਸ ਗੱਲ ਦਾ ਹੁਣ ਸਾਨੂੰ ਨਹੀਂ ਨਾ ਪਤਾ। ਹਾਂਜੀ ਗੇਟ ਤਾਂ ਕੋਈ ਵੀ ਨਹੀਂ ਸੀਗਾ। ਨਹੀਂ ਨਹੀਂ ਸਰ ਨਹੀਂ ਨਹੀਂ ਸਰ ਹਾਂਜੀ ਚੱਲ ਪਿਆ ਸਰ ਫੁਟੇਜ ਆ ਗਈ ਸਰ। ਤਿੰਨ ਜਾਣੇ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਸਰ। ਐਕਟਿਵਾ ਦੇ ਕਹਿੰਦੇ ਪਏ ਲਾਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ ਇਹ ਬੈਕ ਸਾਈਡ ਨੂੰ ਗਏ।